ਪਿਛਲੇ ਲੈਕਚਰ ਚ ਜੋ ਆਪਾਂ ਗੱਲ ਕੀਤੀ ਸੀ ਆਪਾਂ ਅੰਦਰੂਨੀ ਕੋਨਾਂ ਦੇ ਜੋੜ ਦੀ ਗੱਲ ਕੀਤੀ ਸੀ ਬਾਹਰੀ ਕੋਨਾਂ ਦੇ ਜੋੜ ਦੀ ਗੱਲ ਕੀਤੀ ਸੀ ਹੁਣ ਆਪਾਂ ਜੋ ਗੱਲ ਕਰਨੀ ਆ ਆਪਾਂ ਕੋਨ ਦੇ ਹਰੇਕ ਮਾਪ ਦੀ ਗੱਲ ਕਰਨੀ ਹੈ ਕਿਉਂਕਿ ਇੱਥੇ ਜਿਹੜਾ ਹੁਣ ਟਾਪਿਕ ਹੈ ਆਪਣਾ ਇਸ ਸਮ ਬਹੁਪੁਜ ਤੇ ਹੈ ਕਿਉਂਕਿ ਤਾਹੀਂ ਆਪਾਂ ਇਕੱਲੇ ਦਾ ਮਾਪ ਖੱਡ ਸਕਦੇ ਹਾਂ ਰੈਗੂਲਰ ਪੋਲੀਗਨ ਤੇ ਹੈ ਥੇਰਾ ਟਾਪਿਕ ਹੈ ਇਦੇ ਵਿੱਚ ਆਪਾਂ ਕੀ ਕਰਨਾ ਹੈ ਹੁਣ ਹਰੇਕ ਕੋਣ ਦਾ ਮਾਪ ਸੰਪੂਰਨ ਵਰਗ ਆ ਗਿਆ ਕਿਉਂਕਿ ਆਪਰੋ ਸਾਨੀ ਨਾਲ ਪਤਾ ਹੈ ਬਾਕੀ ਇਹਦਾ ਪਤਾ ਸਾਨੀ ਨਾਲ ਚਿਲਪੂ ਦਾ ਸਾਨੀ ਨਾਲ ਮਾਪ ਪਤਾ ਨਹੀਂ ਪਤਾ ਸਾਰੇ ਕੋਣ ਡਾਪਰ ਹੈ ਨਾ ਇਹ ਹੀ ਆਪਣਾ ਸੰਪੂਜ ਹੈ ਨਾ ਜਿਹਦੀਆਂ ਸਾਰੀਆਂ ਪੁਜਾਵਾਂ ਤੇ ਸਾਰੇ ਕੋਣ ਕੀ ਹੋਣ ਬਰਾਬਰ ਹੋਣ ਤਾਂ ਹੁਣ ਜੋ ਆਪਾਂ ਗੱਲ ਕਰਨੀ ਹੈ ਆਪਾਂ ਕੱਲੇ-ਕੱਲੇ ਕੋਣ ਦੇ ਮਾਪ ਦੀ ਗੱਲ ਕਰਨੀ ਹੈ ਇਸ ਤੋਂ ਪਹਿਲਾਂ ਦੇਖੋ ਆਪਾਂ ਕੀ ਕੀਤਾ ਬਹੁਪੁਜ ਕੋਈ ਵੀ ਹੋਵੇ ਕਿਉਂਕਿ ਆਪਾਂ ਸੰਮ ਦੀ ਗੱਲ ਕਰ ਰਹੇ ਤਾਂ ਮੈਂ ਸੰਮ ਲਿਖ ਰਿਹਾ ਸੰਮ ਬਹੁਪੁਜ ਦੇ ਕੋਣਾਂ ਦੇ ਜੋਦੋ ਬਹੁਪੁਜ ਵਰਡ ਪਾ ਰਹੇ ਆ ਆਪਾਂ n ਪੁਜ ਦੀ ਗੱਲ ਕਰ ਰਹੇ ਆ ਕਿਉਂਕਿ ਆਪਾਂ ਫਾਰਮੂਲਾ ਡਰਾਈਵ ਕਰ ਰਹੇ ਆ ਕੀ ਸੀ n 2 180 ਇਹ ਹੀ ਸੀ ਨਾ ਜਿੰਨਾ ਭੁਜੰਦਾ ਸੀ ਆਪਾਂ ਦੋ ਤਿਕੋਣਾ ਘਟਾ ਦਿੰਦੇ ਤੇ ਜਦੋਂ ਆਪਾਂ ਬਾਰੀਕ ਕੋਣ ਦੀ ਗੱਲ ਕਰਦੇ ਸੀ ਤੇ ਉਹ ਹਰੇਕ ਵਾਸਤੇ ਕਿੰਨਾ ਸੀ ਬਾਰੀਕ ਕੋਣਾਂ ਦਾ ਜੋੜ ਕਿੰਨਾ ਹੈ 360 ਡਿਗਰੀ ਤਾਂ ਇਹ ਤਾਂ ਹੋ ਗਈ ਗੱਲ ਸਾਰੇ ਕੋਣਾਂ ਦੀ ਪਰ ਆਪਾਂ ਹੁਣ ਜੋ ਗੱਲ ਕਰਨੀ ਹੈ ਆਪਾਂ ਗੱਲ ਕਰਨੀ ਹੈ ਕੱਲੇ-ਕੱਲੇ ਮਾਪ ਦੀ ਕੱਲਾ ਮਾਪ ਕੱਢਣਾ ਕਿਉਂਕਿ ਸਾਰੇ ਕੋਣ ਬਰਾਬਰ ਹੈ ਆਪਾਂ ਨੂੰ ਪਤਾ ਹੈ ਤਾਂ ਫਿਰ ਕੌਣ ਦਾ ਮਾਪ ਕਿਦੇ ਕੋਣ ਦਾ ਸੰਭਵ ਪੁੱਜਦੇ ਤਾਂ ਸੰਭਵ ਪੁੱਜੇ ਇੱਕ ਕੋਣ ਦਾ ਮਾਪ ਫਿਰ ਕਿੰਨੀਆਂ ਹੋਗੀਆਂ ਜਿੰਨੀਆਂ ਪੁਝਾ ਮਾਂ ਨੇ ਉਹਦੇ ਨਾਲ ਆਪਾਂ ਕੀ ਕਰਦਾਂਗੇ ਵੰਡ ਕਰਦਾਂਗੇ ਤਾਂ ਇਹ ਆਪਣੇ ਕੋਲ ਕੀ ਬਣ ਗਿਆ ਦਾ ਫਾਰਮੂਲਾ ਬਣ ਗਿਆ ਜਿੰਝੋੜ बटे ਪੁਜਾਮਾ ਦੀ ਗਿਣਤੀ ਤਾਂ ਕੀ ਬਣ ਗਿਆ ਫਿਰ ਫਾਰਮੂਲਾ ਤਿਕੋਨਾ ਦਾ ਕੋਨਾ ਦਾ ਜੋੜ बटे ਪੁਜਾਮਾ ਦੀ ਗਿਣਤੀ ਇਹ ਆਪਣੇ ਕੋਲੇ ਬਣ ਗਿਆ ਸੇਮ ਚੀਜ਼ ਅਗਰ ਆਪਾਂ ਇੱਥੇ ਗੱਲ ਕਰੀਏ ਸੰਪੂਰਨ ਦੇ ਬਾਹਰਿ ਕੋਨਾ ਜੋੜ ਕਿੰਨਾ ਹੋਗਾ 360 ਹੋ ਗਿਆ ਹਰੇਕ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ ਹਰੇਕ ਬਾਰੀ ਕੋਣ ਦਾ ਜੋ ਮਾਪ ਹੋ ਗਿਆ 360 ਵਟੇ n ਇੱਥੇ ਆਪਾਂ ਕਿਉਂਕਿ ਅੰਦਰੂਨੀ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਦਾ ਜੋੜ ਹੋ ਗਿਆ ਤਾਂ ਫਿਰ ਇੱਥੇ ਕੀ ਹੋ ਗਿਆ ਬਾਰੀ ਕੋਣਾ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਤਾਂ ਇਸ ਤਰੀਕੇ ਦੇ ਨਾਲ ਆਪਾਂ ਕੁਸ਼ਚਨ ਨੂੰ ਹੱਲ ਕਰਾਂਗੇ ਸੋਲਵ ਕਰਾਂਗੇ ਹੁਣ ਆਪਾਂ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਇੱਕ ਦੂਸਰੇ ਕੁਐਸਚਨ ਦੀ ਨੈਕਸਟ ਐਕਸਰਸਾਈਜ਼ ਦੀ ਉਸ ਦੇ ਵਿੱਚ ਕੀ ਹੈ ਇੱਕ ਸਮ ਪਪਰਪਸ ਦੇ ਹਰੇਕ ਬਾਰੀ ਕੋਣ ਦਾ ਮਾਪ ਪਤਾ ਕਰਨਾ ਹੈ ਜਿਸ ਦੀਆਂ ਨੋ ਪੁਜਾਮਾ ਨੇ ਹਰੇਕ ਬਾਰੀ ਕੋਣ ਦੇਖੋ ਧਿਆਨ ਨਾਲ ਇੱਥੇ ਹਰੇਕ ਬਾਰੀ ਕੋਣ ਕਹਤਾ ਤਾਂ ਹੱਲ ਬਾਰੀ ਕੋਣ ਦੇ ਮਾਪ ਦਾ ਪਹਿਲਾ ਫਾਰਮੂਲਾ ਦੇਖੋ ਕੀ ਸੀ ਹਰੇਕ ਬਾਰੀ ਕੋਣ ਦੇ ਮਾਪ ਦਾ ਸਿੱਧਾ ਦਾ ਸਿਸਟਮ ਬਾਰੀ ਕੋਨਾਂ ਦਾ ਜੋੜ ਗਿੰਦੇ ਹੁਣ ਬਾਰੀ ਕੋਨਾਂ ਕਿੰਨੇ ਸੀ ਜੋੜ 360 ਗਿਣਤੀ ਕਿੰਨੀ ਹੈ 9 9 ਚੋਕਾ 36 ਨਾ ਲਾਗੇ 0 ਤਾਂ ਇਹਦਾ ਮਤਲਬ ਹਰੇਕ ਬਾਰੀ ਕੋਨ ਦਾ ਮਾਪ ਕਿੰਨਾ ਆ ਗਿਆ 40 ਡਿਗਰੀ ਸੇਮ ਐਗਜ਼ਾਮਪਲ ਮੈਂ ਲੈ ਰਿਹਾ ਆਪਣੀ ਤਰਫੋਂ ਕਹਿੰਦੇ ਇੱਕ ਸੰਬੋਪੂਜੇ ਹਰੇਕ ਬਾਰੀਖੋਨ ਦਾ ਮਾਪ ਪਤਾ ਕਰੋ ਜਿਸ ਦੀਆਂ ਕਿਨੇ 10 ਪੁਜਾਮਾਂ ਨੇ ਤਾਂ ਬਾਰੀਖੋਨ ਦਾ ਮਾਪ ਕਿੱਸ ਦੇ ਬਰਾਬਰ ਆ ਗਿਆ ਬਾਰੀਖੋਨਾਂ ਦਾ ਜੋੜ ਵਟੇ ਪੁਜਾਮਾਂ ਦੀ ਗਿਣਤੀ ਚੋੜ ਜੋੜ ਕਿੰਨਾ ਹੋ ਗਿਆ 360 ਗਿਣਤੀ ਕਿੰਨੀ ਹੋ ਗਈ 10 0 ਨਾਲ 0 ਕੱਟ ਗਿਆ ਦਾ ਮਤਲਬ ਹਰੇਕ ਜਿਹੜਾ 10 ਪੁਜ ਹੈ ਸਮ 10 ਪੁਜ ਹੈ ਉਹਦੇ ਹਰੇਕ ਬਾਹਰੀ ਕੋਣ ਦਾ ਮਾਪ ਕਿੰਨਾ ਹੋਣਾ ਹੈ 36 ਡਿਗਰੀ ਹੁਣ ਮੈਂ ਉਧਰ ਇੱਕ ਉਦਾਹਰਣ ਲੈ ਰਹੇ ਆ ਆਪਣੇ ਤਰਫੋਂ ਇੱਕ ਸਮ ਬੋਪਸ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਦੇਖੋ ਇੱਥੇ ਕੀ ਸੀ ਬਾਹਰੀ ਸੀ ਤਾਂ ਕੀ ਫਾਰਮੂਲਾ ਹੋਇਆ ਬਾਹਰੀ ਦਾ ਜੋੜ ਵਟੇ ਗਿਣਤੀ ਆਪਾਂ ਅੰਦਰੂਨੀ ਦਾ ਪਤਾ ਕਰਨਾ ਹੈ ਤਾਂ ਕੀ ਫਾਰਮੂਲਾ ਹੋਇਆ ਅੰਦਰੂਨੀ ਕੋਣਾਂ ਦਾ ਜੋੜ ਵਟੇ ਗਿਣਤੀ ਦਾ ਮਾਪ ਪਤਾ ਕਰੋ ਜਿਸ ਦੀਆਂ ਭੁਜਾਵਾਂ ਦੀ ਗਿਣਤੀ ਕੀ ਹੈ 5 ਹੈ ਤਾਂ ਅੰਦਰੂਨੀ ਕੋਣ ਦਾ ਮਾਪ ਕੀ ਫਾਰਮੂਲਾ ਹੋ ਗਿਆ ਅੰਦਰੂਨੀ ਕੋਣਾਂ ਦਾ ਜੋੜ ਵਟੇ ਭੁਜਾਵਾਂ ਦੀ ਗਿਣਤੀ ਹੁਣ ਇੱਥੇ ਤਾਂ ਆਪਣੇ ਕੋਲ ਸਿੱਧਾ ਸੀ 360 ਤੇ ਅੰਦਰੂਨੀ ਕੋਣੇ ਦਾ ਆਪਾਂ ਕੀ ਫਾਰਮੂਲਾ ਕੀਤਾ ਹੋਇਆ ਯਾਦ ਕਰੋ n 2 180 ਅਗਰ ਪੰਜ ਪੁਜਾਵਾ ਨੇ ਪੰਜ ਪੁਜਾ ਤੇ ਪੰਜ ਪੁਜ ਦੇ ਵਿੱਚ ਤਿਕੋਣਾਂ ਕਿੰਨੀਆਂ ਬਣਦੀਆਂ ਸੀ ਤਿੰਨ 5 2 ਇਹੀ ਫਾਰਮੂਲਾ ਸੀ ਨਾ 180 5 ਇਹ ਕੱਟਿਆ ਗਿਆ 5 1 5 5 3 15 6 5 30 502 ਘਟਾਏ 3 3 ਗੁਣਾ 36 ਡਿਗਰੀ 36 3 108 ਤਾਂ ਇਹਦਾ ਮਤਲਬ ਪੰਜ ਪੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੋਣਾ ਹੈ 108 ਡਿਗਰੀ ਨੈਕਸਟ ਜੋ ਐਗਜ਼ਾਮਪਲ ਲਈ ਆਪਾਂ ਪੁਜਾਵਾਂ ਕਿੰਨੀਆਂ ਲੈ ਲਈਆਂ 8 ਤਾਂ ਇਹਦਾ ਮਤਲਬ 8 ਪੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਕੀ ਹੋ ਗਿਆ 8 ਪੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਤਾਂ 8 ਪੁਜ ਦੇ ਵਿੱਚ ਆਪਾਂ ਕਿੰਨੀਆਂ ਪੁਜਾਂ ਤੇ ਕੋਨਾਂ ਦੀ ਗੱਲ ਕੀਤੀ ਹੋਇਆ 2 ਘਟਾ ਕੇ 6 ਦੀ 8 2 180 8 6 180 8 ਆਪਾਂ ਕੱਟੀਏ 4 ਤੇ ਗਿਆ 2 4 ਤੇ ਗਿਆ 45 2 3 6 ਦਾ ਇਹਦਾ ਮਤਲਬ ਅੱਠ ਪੁਜ ਦੇ ਹਰੇਕ ਕੋਣ ਦਾ ਜੋ ਮਾਪ ਹੈ ਕੀ ਬਣਿਆ 135 ਇਹਦਾ ਇੱਕ ਆਪਣੇ ਕੋਲ ਆਲਟਰਨੇਟ ਤਰੀਕਾ ਵੀ ਹੈ ਹੋਰ ਮੈਥਡ ਵੀ ਹੈ ਇਹਦੀ ਹੈਲਪ ਨਾਲ ਕਿਵੇਂ ਮੈਂ ਦੱਸਦਾ ਜੋ ਸੌਖਾ ਲੱਗੇ ਤੁਸੀਂ ਕਰਿਓ ਮਤਲਬ ਬਾਹਰੀ ਕੋਣ ਦੀ ਹੈਲਪ ਨਾਲ ਵੀ ਆਪਾਂ ਅੰਦਰونی ਕੋਣ ਨੂੰ ਕੱਢ ਸਕਦੇ ਹਾਂ ਤਾਂ ਬਿਲਕੁਲ ਪੈਰਲਲ ਮੈਂ ਇਹ ਕੁਸ਼ਣ ਦੁਬਾਰਾ ਹੱਲ ਕਰ ਰਹੇ ਹਾਂ ਤਾਂ ਕੀ ਕਰਾਂਗੇ ਆਪਾਂ ਪਹਿਲਾਂ ਉਹਰੇ ਆਪਾਂ ਅੰਦਰونی ਕੋਣ ਦਾ ਮਾਪ ਕੱਢੇ ਅਪਰ ਬਾਰੀ ਦਾ ਕੱਢਾਂਗੇ ਕਿਉਂਕਿ ਪੰਜ ਪੁਜਾਵਾਂ ਨੇ ਤਾਂ ਪੰਜ ਪੁਜ ਦੇ ਬਾਰੀ ਕੋਣ ਦਾ ਮਾ ਕਿੰਨਾ ਹੋ ਗਿਆ ਬਾਰੀ ਕੋਣਾਂ ਦਾ ਜੋੜ 360 ਵਟੇ ਪੁਜਾਵਾਂ ਦੀ ਗਿਣਤੀ 72 ਡਿਗਰੀ ਤੇ ਇਹ ਹੋ ਗਿਆ ਬਾਰੀ ਕੋਣ ਤਾਂ ਫਿਰ ਅੰਦਰੂਨੀ ਕੋਣ ਕਿਵੇਂ ਨਿਕਲਦਾ ਹੁੰਦਾ ਜਦੋਂ ਬਾਹਰੀ ਨਿਕਲ ਗਿਆ ਕਿਉਂਕਿ ਅੰਦਰੂਨੀ ਤੇ ਬਾਹਰੀ ਹਮੇਸ਼ਾ ਤੇ ਅੰਦਰੂਨੀ ਹੈ ਤਾਂ ਬਾਹਰੀ ਹੈ ਤੇ ਇਹ ਦੋਨੋਂ ਹਮੇਸ਼ਾ ਸਿੱਧੀ ਰੇਖਾ ਤੇ ਹੁੰਦੇ ਨੇ ਬਿਲਕੁਲ ਤੇ ਦੋਹਾਂ ਦਾ ਜੋੜ 180 ਹੁੰਦਾ ਤਾਂ ਫਿਰ ਅੰਦਰੂਨੀ ਕੋਣ ਕਿਹਦੇ ਬਰਾਬਰ ਆਂਦਾ ਹੈ 180 ਦੇ ਵਿੱਚੋਂ ਆਪਾਂ ਕੀ ਕਰਦਾਂਗੇ ਬਾਹਰੀ ਕੋਣ ਘਟਾ ਦਾਂਗੇ ਆਪਣੇ ਕੋਲ ਕਿੰਨਾ ਆ ਜਾਊਗਾ ਅੰਦਰੂਨੀ ਕੋਣ ਤਾਂ ਚੈੱਕ ਕਰ ਸਕਦੇ ਹੋ ਆਨਸਰ ਸੇਮ ਆਊਗਾ ਹੁਣ ਤੁਸੀਂ ਇਸ ਅਕੋਰਡਿੰਗ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਇਸ ਅਕੋਰਡਿੰਗ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਇਹ ਉਦਾਹਰਣ ਲੈ ਰਿਹਾ ਮੈਂ ਪੈਰਲ ਅੱਠ ਪੁਜ ਹੈ ਤਾਂ ਅੱਠ ਪੁਜ ਦੇ ਬਾਰੀਕ ਕੋਣ ਦਾ ਮਾਪ ਬਾਰੀਕ ਉਹਨਾਂ ਦਾ ਜੋੜ 360 ਵਟੇ ਪੁਜਾਂਵਾਂ ਦੀ ਗਿਣਤੀ 8 ਕੱਟिए 2 ਤੇ ਗਿਆ 4 2 ਤੇ ਗਿਆ 180 2 ਤੇ ਗਿਆ 2 2 ਤੇ ਗਿਆ 90 2 1 2 45 2 90 ਤਾਂ ਇਹਦਾ ਮਤਲਬ ਅੱਜ ਸਮ ਅੱਠ ਪੁਜ ਦੇ ਹਰੇਕ ਬਾਰੀਕ ਕੋਣ ਦਾ ਮਾਪ ਕਿੰਨਾ ਆ ਗਿਆ 45 ਤਾਂ ਫਿਰ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੋ ਗਿਆ 180 ਡਿਗਰੀ ਦੇ ਵਿੱਚੋਂ ਆਪਾਂ ਕੀ ਕਰ ਦਾਂਗੇ 45 ਘਟਾ ਦਾਂਗੇ ਆਪਣੇ ਕੋਲ ਕੀ ਆ ਗਿਆ 135 ਡਿਗਰੀ ਚੈੱਕ ਕਰੋ ਆਨਸਰ ਸੇਮ ਹੈ ਤਾਂ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਡਾਇਰੈਕਟ ਅੰਦਰੂਨੀ ਕੋਣ ਨੂੰ ਲੈ ਕੇ ਹੱਲ ਕਰ ਲਓ ਨਹੀਂ ਬਾਹਰ ਹੀ ਕੱਢ ਕੇ ਉਹਨੂੰ 180 ਚੋਂ ਘਟਾ ਦਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇੱਕ ਦੋ ਕੁਐਸਚਨਸ ਤੇ ਹੋਰ ਗੱਲ ਕਰਦੇ ਆਂ ਇੱਥੇ ਆਪਾਂ ਉਸ ਤੋਂ ਉਲਟਾ ਚੱਲਣਾ ਹੈ ਉੱਥੇ ਕੀ ਸੀ ਆਪਾਂ ਨੂੰ ਕੋਣ ਦਾ ਪਤਾ ਕਰਨਾ ਸੀ ਅੰਦਰੂਨੀ ਕੋਣ ਦਾ ਮਾਪ ਹੈ ਜਾਂ ਬਾਹਰੀ ਕੋਣ ਦਾ ਮਾਪ ਤੇ ਪੁਝਾਵਾ ਦੀ ਗਿਣਤੀ ਆਪਾਂ ਨੂੰ ਦਿੱਤੀ ਹੋਈ ਸੀ ਇੱਥੇ ਉਲਟਾ ਹੋ ਗਿਆ ਆਪਾਂ ਕੀ ਕਰਨਾ ਹੈ ਗਿਣਤੀ ਪਤਾ ਕਰਨੀ ਹੈ ਪੁਝਾਵਾ ਦੀ ਕੋਣ ਦਾ ਮਾਪ ਦਿੱਤਾ ਹੋਇਆ ਪ੍ਰੋਸੈਸ ਉਹੀ ਹੈ ਦੇਖੋ ਉੱਥੇ ਜੋ ਆਪਾਂ ਗੱਲ ਕੀਤੀ ਸੀ ਮੈਂ ਇੱਕ ਫਾਰਮੂਲਾ ਜਰਨਲਾਈਜ਼ ਕਰ ਰਿਹਾ ਹੁਣ ਅੰਦਰੂਨੀ ਕੋਣਾਂ ਦਾ ਜੋੜ ਸਮ ਬਹੁਭੁਜ ਦੇ ਅੰਦਰੂਨੀ ਕੋਨਾ ਦਾ ਜੋੜ ਕੀ ਸੀ ਆਪਣੇ ਕੋਲੇ n 2 180 ਹੈ ਨਾ ਤੇ ਫਿਰ ਹਰੇਕ ਕੋਣ ਦਾ ਮਾਪ ਕੀ ਆਉਂਦਾ ਆਪਾਂ ਭੁਜਾਵਾਂ ਦੀ ਗਿਣਤੀ ਨਾਲ ਵੰਡ ਕਰ ਦਿੰਦੇ ਸੇਮ ਆਪਾਂ ਜੇ ਬਾਰੀ ਦੀ ਗੱਲ ਕਰੀਏ ਉਹ ਕਿਸੇ 360 ਤੇ ਜੇ ਆਪਾਂ ਹਰੇਕ ਕੋਣ ਦਾ ਮਾਪ ਕੱਢਣਾ ਹੁੰਦਾ ਆਪਾਂ ਉਹਦੀ ਗਿਣਤੀ ਦੇ ਨਾਲ ਕੀ ਕਰ ਦਿੰਦੇ ਵੰਡ ਕਰ ਦਿੰਦੇ ਸੇਮ ਪ੍ਰੋਸੈਸ ਇੱਥੇ ਚੱਲ ਰਿਹਾ ਹੈ ਕਹਿੰਦੇ ਇੱਕ ਸੰਬੋਪਸ ਦੀਆਂ ਕਿੰਨੀਆਂ ਪੁਜਾਮਾ ਹਨ ਪੁਜਾਮਾ ਦੀ ਗਿਣਤੀ ਪਤਾ ਕਰੋ ਜੇਕਰ ਇੱਕ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ 72 ਡਿਗਰੀ ਤਾਂ ਗੱਲ ਉੱਥੇ ਚੱਲਣੀ ਹੈ ਤਾਂ ਪੁਜਾਮਾ ਦੀ ਗਿਣਤੀ ਕੀ ਹੋ ਗਈ ਬਾਰੀ ਕੋਣ ਦਾ ਜੋੜ ਬਾਰੀ ਕੋਣਾਂ ਦਾ ਜੋੜ ਵਟੇ ਬਾਰੀ ਕੋਣ ਦਾ ਮਾਪ ਕਿਉਂ ਕਿਉਂਕਿ ਜਦੋਂ ਆਪਾਂ ਜੋੜ ਦੀ ਗੱਲ ਕਰਦੇ ਆ ਤਾਂ ਅਸਲ ਦੇ ਵਿੱਚ ਉਹ ਕਿਦੇ ਬਰਾਬਰ ਹੋ ਜਾਂਦਾ ਜਿੰਨੀਆਂ ਪੁਜਾਮਾਂ ਨੇ ਪੁਜਾਮਾਂ ਦੀ ਗਿਣਤੀ ਗੁਣਾ ਹਰੇਕ ਕੋਣ ਦਾ ਮਾਪ ਕਿਉਂਕਿ ਅਸਲ ਦੇ ਵਿੱਚ ਜਿੰਨੀਆਂ ਪੁਜਾਮਾਂ ਹੁੰਦੀਆਂ ਨੇ ਉਨਾਂ ਹੀ ਆਪਣੇ ਕੋਲੇ ਕੀ ਹੁੰਦੇ ਨੇ ਕੋਣ ਹੁੰਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਪੰਜ ਪੁਲਸ ਦੇ ਵਿੱਚ ਪੰਜ ਕੋਣ ਹੈ ਤਾਂ ਪੁਜਾਮਾ ਵੀ ਕਿੰਨੀਆਂ ਹੋਣਗੀਆਂ ਪੰਜ ਤੇ ਜੇ ਮੈਂ ਟੋਟਲ ਦੀ ਗੱਲ ਕਰੂੰਗਾ ਤੇ ਸਾਰੇ ਇੱਕੋ ਨਾਲ ਦੇ ਆ ਤਾਂ ਪੰਜਾਂ ਦਾ ਜਿਹੜਾ ਮਾਪ ਹੋਗਾ 108 108 108 108 108 ਹੋ ਗਿਆ ਤਾਂ ਫਿਰ ਇਹ ਕੀ ਬਣੂਗਾ 5 ਗੁਣਾ 108 ਤਾਂ ਮਤਲਬ ਪੁਜਾਮਾ ਦੀ ਗਿਣਤੀ ਜਾਂ ਕੋਨਾ ਦੀ ਗਿਣਤੀ ਗੁਣਾ ਹਰੇਕ ਕੋਣ ਦਾ ਮਾਪ ਸੇਮ ਚੀਜ਼ ਇੱਥੇ ਆ ਗਈ ਇੱਕ ਹੀ ਬੰਨ ਹੈ ਪੁਝਾਵਾਂ ਦੀ ਗਿਣਤੀ ਜਾਂ ਕੋਨਾਂ ਦੀ ਗਿਣਤੀ guna ਹਰੇਕ ਬਾਰੀ ਕੋਨ ਦਾ ਮਾਪ ਤਾਂ ਪਿਛਲੇ ਜੋ ਪਾਰਟਸ ਆਪਾਂ ਗੱਲ ਕੀਤੀ ਸੀ ਆਪਾਂ ਕੋਨ ਪਤਾ ਕਰਨਾ ਸੀ ਆਪਾਂ ਇਹਦੇ ਨਾਲ ਵੰਡ ਕਰਤੀ ਹੁਣ ਆਪਾਂ ਆਪ ਪਤਾ ਕਰਨਾ ਇਹਦੇ ਨਾਲ ਵੰਡ ਕਰਾਂਗੇ ਤਾਂ ਪ੍ਰੋਸੈਸ ਸੇਮ ਹੈ ਜੋੜ ਦੇ ਨਾਲ ਆਪਾਂ ਕੀ ਕਰ ਦੇਣੀ ਆ ਵੰਡ ਕਰ ਦੇਣੀ ਆ ਹਰ ਬਾਰੇ ਕੋਣਾਂ ਦਾ ਜੋੜ ਆਪਾਂ ਨੂੰ ਪਤਾ ਹੈ ਕਿੰਨਾ ਹੁੰਦਾ 360 ਹਰੇਕ ਕੋਣ ਦਾ ਮਾਪ ਆਪਾਂ ਨੂੰ ਕੀ ਦਿੱਤਾ 72 ਤਾਂ 72 ਨੂੰ ਇਹਨਾਂ ਨੇ ਵੰਡਿਆ ਕਿੰਨੀਆਂ ਭੁਜਾਵਾਂ ਆ ਗਈਆਂ ਪੰਜ ਆ ਗਈਆਂ ਤਾਂ ਇਹਦਾ ਮਤਲਬ ਜਿਹੜਾ ਉਹ ਬਹੁਭੁਜ ਹੋਊਗਾ ਉਹ ਪੰਜ ਭੁਜਾਵਾਂ ਵਾਲਾ ਹੋਊਗਾ ਜੇ ਨਾਮ ਪੁੱਛਿਆ ਤਾਂ ਕੀ ਨਾਮ ਹੋਣਾ ਉਸਦਾ ਪੰਜ ਭੁਜ ਨਾਮ ਹੋਣਾ ਸੇਮ ਉਦਾਹਰਣ ਅਗਲੀ ਖੋਰ ਲੈ ਰਿਹਾ ਮੈਂ ਕਹਿੰਦੇ ਜੇ 45 ਡਿਗਰੀ ਹੋਵੇ ਤਾਂ ਭੁਜਾਵਾਂ ਦੀ ਗਿਣਤੀ ਕਿ ਦੇ ਬਰਾਬਰ ਹੋਗੀ ਬਾਰੀ ਕੋਨਾ ਦਾ ਜੋੜ बटे ਬਾਰੀ ਕੋਨ ਦਾ ਮਾਪ ਤੇ ਜੋੜ ਕਿੰਨਾ ਹੋ ਗਿਆ 360 ਮਾਪ ਕਿੰਨਾ ਹੈ 45 ਡਿਗਰੀ ਇਹਨੂੰ ਆਪਸ ਵੰਡੋਗੇ ਇਹ ਵੰਡ ਕੇ ਕਿੰਨਾ ਆ ਜੂਗਾ 8 ਤਾਂ ਇਹਦਾ ਮਤਲਬ ਉਹਦੇ ਪੁਜਾ ਮਾ ਦੀ ਗਿਣਤੀ ਕੀ ਹੋਣੀ ਹੈ 8 ਹੋਣੀ ਹੈ ਤੇ ਬਹੁ ਪੁਜ ਉਹਦਾ ਕੀ ਨਾਮ ਹੋਣਾ 8 ਪੁਜ ਹੋਣਾ ਹੈ ਸੇਮ ਆਪਾਂ ਇੱਥੇ ਗੱਲ ਕਰ ਸਕਦੇ ਆ ਆਪਾਂ ਨੂੰ ਬਾਹਰੀ ਕੋਣ ਦਾ ਮਾਪ ਦਿੱਤਾ ਹੋਇਆ 24 ਡਿਗਰੀ ਤਾਂ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਹੋਗੀ ਬਾਹਰੀ ਕੋਣਾਂ ਦਾ ਜੋੜ ਮੈਂ ਡਾਇਰੈਕਟ ਲਿਖ ਰਿਹਾ ਵਟੇ ਪੁਜਾਮਾ ਦੀ ਗਿਣਤੀ ਆਪਾਂ ਇਹਨੂੰ ਕੱਟਾਂਗੇ ਵੰਡਾਂਗੇ ਤਾਂ ਇਹ ਕਿੰਨਾ ਆਨਸਰ ਆਜੂਗਾ 15 ਆਨਸਰ ਆਜੂਗਾ ਤਾਂ ਇਹ ਬਣ ਜਾਊਗਾ 15 ਪੁਜ ਤਾਂ ਇਹ ਸੀ ਆਪਣਾ ਇੱਕ ਪਾਰਟ ਹੁਣ ਇੱਧਰ ਕੀ ਕੀਤਾ ਇੱਥੇ ਆਪਾਂ ਨੂੰ ਬਾਰੀ ਕੋਣ ਦਿੱਤਾ ਹੈ ਤੇ ਆਪਾਂ ਨੂੰ ਇੱਥੇ ਕੀ ਦਿੱਤਾ ਹੋਇਆ ਹੈ ਅੰਦਰੂਨੀ ਕੋਣ ਤਾਂ ਜਦੋਂ ਬਾਰੀ ਕੋਣ ਸੀ ਤਾਂ ਇੱਥੇ ਬਾਰੀ ਦੇ ਹਿਸਾਬ ਨਾਲ ਫਾਰਮੂਲਾ ਆ ਗਿਆ ਤੇ ਜਦੋਂ ਅੰਦਰੂਨੀ ਹੈ ਤਾਂ ਅੰਦਰੂਨੀ ਦੇ ਹਿਸਾਬ ਨਾਲ ਆ ਜਾਣਾ ਹੈ ਤਾਂ ਫਿਰ ਇੱਥੇ ਕੁਐਸਚਨ ਕੀ ਬਣ ਗਿਆ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਕੋਨਾਂ ਦਾ ਜੋੜ ਵਟੇ ਹਰੇਕ ਕੋਣ ਦਾ ਮਾਪ ਲੇਕਿਨ ਹੁਣ ਇਹਨੂੰ ਹੱਲ ਕਿਵੇਂ ਕਰੋਗੇ ਸਭ ਤੋਂ ਵੱਡਾ ਮਸਲਾ ਇਹ ਆ ਗਿਆ ਇਹ ਹੱਲ ਕਿਵੇਂ ਹੋਊਗਾ ਕੁਐਸਚਨ ਕਾਰਨ ਆਪਾਂ ਨੂੰ ਪੁਝਾਵਾ ਦੀ ਗਿਣਤੀ ਪਤਾ ਨਹੀਂ ਐਨ ਇੱਥੇ ਆਪਾਂ ਕੀ ਕਰਾਂਗੇ ਫਾਰਮੂਲਾ ਲਿਖਾਂਗੇ ਐਨ 2 180 ਇਹ ਕਿੰਨਾ ਆ ਗਿਆ बटे ਅੰਦਰੂਨੀ ਕੋਣ ਦਾ ਮਾਪ 100 ਵੀ 8 ਡਿਗਰੀ ਹੈ ਨਾ ਤਾਂ ਫਿਰ ਇਹਨੂੰ ਹੱਲ ਕਿਵੇਂ ਕੀਤਾ ਜਾਊਗਾ ਸਭ ਤੋਂ ਵੱਡਾ ਕੁਸ਼ਣ ਇੱਥੇ ਆ ਗਿਆ ਇਹਨੂੰ ਹੱਲ ਕਰਨ ਦੇ ਲਈ ਦੇਖੋ ਕੀ ਕਰਾਂਗੇ ਆਪਾਂ ਰੇਖੀ ਸਮੀਕਰਨਾਂ ਵਾਲਾ ਟਾਪਿਕ ਕਰ ਚੁੱਕੇ ਹਾਂ ਆਪਾਂ ਉਹਦੇ ਹਿਸਾਬ ਨਾਲ ਹੱਲ ਕਰਾਂਗੇ ਤਾਂ ਮੈਂ ਇੱਧਰ ਇਹਨੂੰ ਹੱਲ ਕਰ ਰਿਹਾ ਤਾਂ ਆਪਣੇ ਕੋਲ ਕੀ ਬਣ ਗਿਆ ਪੁਜਾਮਾ ਦੀ ਗਿਣਤੀ n ਕੀ ਦੇ ਬਰਾਬਰ ਆ ਗਈ n 2 180 120 ਪਹਿਲਾਂ ਇਹਨੂੰ ਹੱਲ ਕਰੋ ਜ਼ੀਰੋ ਨਾਲ ਜ਼ੀਰੋ ਗਿਆ 6 18 6 ਦੁਨੀ 12 ਤਿਰਛੇ ਗੁਣਾ 2 ਦੀ n ਨਾਲ ਗੁਣਾ ਕੀਤੀ 2n 3 ਦੀ n ਨਾਲ ਗੁਣਾ ਕੀਤੀ 3n 3 ਦੀ 2 ਨਾਲ ਗੁਣਾ ਕੀਤੀ 3 2 6 n ਇੱਧਰ ਗਿਆ ਤਿੰਨਾਂ ਨਾਲ ਇਹ ਰਕਮ ਇੰਦਰ ਗਈ ਤਾਂ ਦੇਖੋ ਕੀ ਬਣ ਗਿਆ 2n 3n -6 2n ਚੋਂ 3n ਘਟਾਏ -1n बराबर -6 तो n ਕਿਤੇ ਬਰਾਬਰ ਆ ਗਿਆ -1 ਕੱਟ ਗਿਆ 6 ਤਾਂ ਪੁਜਾਮਾ ਦੀ ਗਿਣਤੀ ਕਿੰਨੀ ਹੋਗੀ 6 ਜਾਂ ਤਾਂ ਇਹ ਤਰੀਕਾ ਇਹਨੂੰ ਹੱਲ ਕਰਨ ਦਾ ਮੈਂ ਇੱਕ ਤਰੀਕਾ ਹੋਰ ਦੱਸ ਰਿਹਾ ਜਿਵੇਂ ਆਪਾਂ ਪਿਛਲੇ ਚ ਗੱਲ ਕੀਤੀ ਸੀ ਆਪਾਂ ਬਾਹਰੀ ਕੋਣ ਤੋਂ ਕੱਢ ਸਕਦੇ ਹਾਂ ਉਹ ਕਿਤੇ ਨਾ ਕਿਤੇ ਥੋੜਾ ਸੌਖਾ ਬਣ ਜਾਂਦਾ ਹੈ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ ਹੈ ਅੰਦਰੂਨੀ ਕੋਣ ਦਾ ਮਾਪ 100 b ਡਿਗਰੀ ਤਾ ਫਿਰ ਬਾਰੀ ਕੋਣ ਦਾ ਕਿੰਨਾ ਆ ਗਿਆ ਆਪਾਂ ਨੂੰ ਪਤਾ ਹੈ ਕਿ ਸੋਸੀਓ ਚ ਕਟਾ ਕੇ ਆਨੇ ਆਪਾਂ ਗੱਲ ਕਰ ਚੁੱਕੇ ਹਾਂ 60 ਡਿਗਰੀ ਤੇ ਇਹ ਬਣ ਗਿਆ ਆਪਣਾ ਪਿਛਲਾ ਕੁਐਸਚਨ ਬਾਰੀ ਕੋਣ ਦਾ ਮਾਪ ਆ ਗਿਆ ਕਿਉਂਕਿ ਗਿਣਤੀ ਤਾਂ ਉਨੀ ਹੀ ਰਹਿਣੀ ਹੈ ਤਾਂ ਪੁਜਾ ਮਾ ਦੀ ਗਿਣਤੀ ਫਿਰ ਕੀ ਹੋਗੀ ਬਾਰੀ ਕੋਨਾ ਦਾ ਜੋੜ ਵਟੇ ਬਾਹਰੀ ਕੋਣ ਦਾ ਮਾਪ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੋ ਗਿਆ ਆਪਾਂ ਨੂੰ ਪਤਾ ਹੈ 360 ਬਾਹਰੀ ਕੋਣ ਦਾ ਮਾਪ ਕਿੰਨਾ ਹੋ ਗਿਆ 60 ਘਟਿਆ ਕਿੰਨਾ ਆਨਸਰ ਆ ਗਿਆ 6 ਤਾਂ 6 ਪੁਜਾਮਾ ਦੀ ਗਿਣਤੀ ਤਾਂ ਆਹ ਕਿਤੇ ਨਾ ਕਿਤੇ ਉਸ ਦੇ ਮੁਕਾਬਲੇ ਥੋੜਾ ਜਿਹਾ ਸੌਖਾ ਹੈ ਕਿ ਕੀਤਾ ਅੰਦਰੂਨੀ ਕੋਣ ਦਿੱਤਾ ਹੋਇਆ ਆਪਾਂ 180 ਚੋਂ ਘਟਾ ਕੇ ਬਾਹਰੀ ਕੋਣ ਕੱਢ ਲਿਆ ਤੇ ਉਦੋਂ ਪਿਛਲਾ ਤਰੀਕਾ ਅਪਣਾ ਲਿਆ ਕਿ ਬਾਹਰੀ ਕੋਣ ਦਾ ਜਿਹੜਾ गिनती है माप है वो ऐसे खड़े निकल सकता है हुन दूसरा पार्ट देखो आपा नु 140 डिग्री दे रखे है दूसरे पार्ट ਦੇ ਵਿੱਚ ਇਸੇ ਤਰੀਕੇ ਨਾਲ ਮੈਂ ਇਹਨੂੰ ਕਰ ਰਿਹਾ 140 डिग्री ਤਾਂ ਫਿਰ ਬਾਰੀ ਕੋਨ ਦਾ ਮਾਪ ਕਿੰਨਾ ਆ ਗਿਆ 180 ਚੋਂ 140 ਘਟਾਏ ਕਿੰਨਾ ਆ ਗਿਆ 40 ਤਾਂ ਪੁਜਾਮਾ ਦੀ ਗਿੰਤੀ ਬਾਰੀ ਕੋਨਾਂ ਦਾ ਜੋੜ ਵਟੇ ਬਾਰੀ ਕੋਨ ਦਾ ਮਾਪ ਤਾਂ ਕਿੰਨਾ ਆ ਗਿਆ 9 ਤਾਂ ਇਹ ਸੀ ਆਪਣੀ ਅੰਦਰੂਨੀ ਕੋਨ ਬਾਰੀ ਕੋਨਾਂ ਦੇ ਜੋੜ ਉਹਨਾਂ ਦੇ ਮਾਪ ਤੇ ਉਹਨਾਂ ਨਾਲ ਸੰਬੰਧਿਤ ਪੁਜਾਮਾ ਦੀ ਗਿਣਤੀ ਦੀ ਤਾਂ ਆਪਾਂ ਜੋ ਗੱਲ ਕੀਤੀ ਹੈ ਬੋਪੁਸ ਪਾਰੇ ਸਭ ਤੋਂ ਪਹਿਲਾਂ ਬੋਪੁਸ ਦੇ ਵਿਕਰਨਾ ਦੀ ਗਿਣਤੀ ਦਾ ਆਪਾਂ ਜੋ ਗੱਲ ਕੀਤੀ ਸੀ ਬਹੁਪੁਜ ਦੇ ਵਿਕਰਨਾ ਦੀ ਗਿਣਤੀ ਕੀ ਫਾਰਮੂਲਾ ਆਪਾਂ ਕੀਤਾ ਸੀ n n 3 2 ਜਿੰਨੇ ਬਹੁਪੁਜ ਆਪਣੇ ਕੋਲੇ ਹੈਗੇ ਆ 5 ਪੁਜ ਜਾਂ 6 ਪੁਜ ਜਾਂ 7 ਪੁਜ ਹੈ ਤਾਂ n ਕੀ ਹੈ ਇੱਥੇ ਜੋ ਆਪਾਂ n ਦੀ ਗੱਲ ਕਰਦੇ ਆ ਉਹ ਕੀ ਆਪਣੇ ਕੋਲੇ ਪੁਜਾਂ ਆਦੀ ਗਿਣਤੀ ਅਗਰ ਉਹ 6 ਪੁਸ ਦੀ ਗੱਲ ਹੋਊਗੀ ਐਨ 6 ਆ ਗਿਆ 7 ਪੁਸ ਦੀ ਗੱਲ ਹੋਣੀ ਹੈ ਐਨ 7 ਆ ਗਿਆ 8 ਪੁਸ ਦੀ ਗੱਲ ਹੋਣੀ ਹੈ 8 ਐਨ 8 ਆ ਗਿਆ ਤਾਂ ਉਸ ਤਰੀਕੇ ਨਾਲ ਆਪਾਂ ਵੀ ਕਰਨਾ ਦੀ ਗਿਣਤੀ ਕੱਢ ਸਕਦੇ ਹਾਂ ਉਦੋਂ ਬਾਅਦ ਜੋ ਆਪਾਂ ਗੱਲ ਕੀਤੀ ਸੀ ਬੋਪੁਸ ਦੇ ਕੋਣਾਂ ਦਾ ਜੋੜ ਬੋਪੁਸ ਦੇ ਕੋਣਾਂ ਦਾ ਜੋੜ ਕੀ ਫਾਰਮੂਲਾ ਆਪਾਂ ਕੀਤਾ ਸੀ ਐਨ 2 180 ਤਾਂ ਫਿਰ ਉਹੀ ਗੱਲ ਐਨ ਉੱਥੇ ਕੀ ਆ ਆਪਣੇ ਕੋਲੇ ਪੁਜਾਮਾ ਦੀ ਗੈਂਦੇ ਤਾਂ ਜਿੰਨੇ ਜਿਹੜੇ ਵੀ ਬਹੁਤ ਕੁਝ ਬਣਦੀ ਸੀ ਤਾਂ ਆਪਾਂ ਨੂੰ ਪਤਾ ਸੀ ਉਹਦੇ ਦੋ ਘੱਟ ਤਿਕੋਣਾਂ ਬਣਦੀਆਂ ਨੇ ਅਗਰ ਆਪਾਂ ਇੱਕ ਸਿਖਰ ਤੋਂ ਬਣਾਵਾਂਗੇ ਤਾਂ ਪੰਜ ਪੂਸ ਦੇ ਵਿੱਚ ਤਿੰਨ ਤਿਕੋਣਾਂ ਬਣਦੀਆਂ 3 180 6 ਪੂਸ ਦੇ ਵਿੱਚ ਚਾਰ ਤਿਕੋਣਾਂ ਬਣਦੀਆਂ 4 180 7 ਪੂਸ ਦੇ ਵਿੱਚ ਪੰਜ ਤਿਕੋਣਾਂ ਬਣਦੀਆਂ ਤੇ ਇੱਕ ਆਪਾਂ ਗੱਲ ਕੀਤੀ ਸੀ ਸਮ ਬੌਪਸ ਦੇ ਹਰੇਕ ਕੋਣ ਦਾ ਮਾਪ ਤੇ ਉਹ ਆਪਣੇ ਕੋਲ ਕੀ ਹੁੰਦਾ ਸੀ ਬਹੁਪੁਜੇ ਕੋਨਾ ਦਾ ਜੋੜ ਕਿਉਂਕਿ ਕੋਨਾ ਦਾ ਮਤਲਬ ਆਪਾਂ ਕਿਹਾ ਅੰਦਰੂਨੀ ਕੋਣ ਕੋਨਾ ਦਾ ਜੋੜ ਵਟੇ ਪੁਜਾਮਾ ਦੀ ਗਿੰਦੇ ਤਾਂ ਫਿਰ ਇਹਦਾ ਮਤਲਬ ਕੀ ਬਣ ਗਿਆ ਆਪਣੇ ਕੋਲੇ n 2 180 ਵਟੇ ਐਂਡ ਐਸੇ ਆਪਣੇ ਕੋਲੇ ਸਮ ਬੋਪਸ ਦੇ ਹਰੇਕ ਕੋਣ ਦਾ ਮਾਪ ਥਰਡ ਜੋ ਆਪਾਂ ਗੱਲ ਕੀਤੀ ਸੀ ਬੋਪਸ ਦੇ ਬਾਰੇ ਕੋਣਾਂ ਦਾ ਜੋੜ 360 ਡਿਗਰੀ ਤਾਂ ਫਿਰ ਸਮ ਬੋਪਸ ਦੇ ਹਰੇਕ ਬਾਰੇ कोण ਦਾ মাপ ਕੀ ਹੋ ਗਿਆ ਬੋਪਸ ਦੇ ਬਾਰੀ ਕੋਣਾਂ ਦਾ ਜੋੜ ਬਾਰੀ ਕੋਣਾਂ ਦਾ ਜੋੜ ਵਟੇ ਪੂਜਾ ਮਾਦੀ ਗਿੰਤੇ ਤਾਂ ਬਾਰੀ ਕੋਣਾਂ ਦਾ ਜੋੜ ਆਪਾਂ ਨੂੰ ਪਤਾ 360 ਸੀ ਵਟੇ ਪੁਜਾਮਾ ਦੀ ਗਿਣਤੀ ਐਸੇ ਤਰੀਕੇ ਨਾਲ ਆਪਾਂ ਉਲਟਾ ਚੱਲਦੇ ਸੀ ਜੇ ਆਪਾਂ ਪੁਜਾਮਾ ਦੀ ਗਿਣਤੀ ਘਟਣੀ ਹੁੰਦੀ ਸੀ ਆਪ フォਨੋ ਕੀ ਕਰ ਦਿੰਦੇ ਸੀ ਆਪਾਂ ਵੰਡ ਕਰ ਦਿੰਦੇ ਸੀ ਤੇ ਇਹ ਸੀ ਆਪਣੇ ਕੋਲੇ ਬੌਪਸ ਦੇ ਨਾਲ ਸੰਬੰਧਿਤ ਕੁਝ ਕੁ ਰਿਜ਼ਲਟਸ ਕੀ ਕੀ ਹੋਗੇ ਕੋਨਾਂ ਦਾ ਜੋੜ ਹਰੇਕ ਕੋਨ ਦਾ ਮਾਪ ਬਾਰੀ ਕੋਨਾਂ ਦਾ ਜੋੜ ਹਰੇਕ ਬਾਰੀ ਕੋਨ ਦਾ ਮਾਪ ਤਾਂ ਇਹ ਉਲਟਾ ਆਪਾਂ ਜੋ ਬਣਾਉਂਦੇ ਸੀ ਤਾਂ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਸੀ ਆਪਾਂ ਇਹਨਾਂ ਦੋਹਾਂ ਨੂੰ ਕੀ ਕਰ ਦਿੰਦੇ ਸੀ ਇੰਟਰਚੇਂਜ ਕਰ ਦਿੰਦੇ ਸੀ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਸੀ ਟੋਟਲ ਬਾਹਰੀ ਕੋਣਾਂ ਦਾ ਜੋੜ ਵਟੇ ਹਰੇਕ ਬਾਹਰੀ ਕੋਣ ਦਾ ਮਾ ਤਾਂ ਇੱਕ ਤਾਂ ਪਾ ਇਹ ਗੱਲ ਕੀਤੀ ਸੀ ਬਹੁਪੁਜਾਰੇ ਆਪਾਂ ਇਹਦੀ ਕਿਸਮਾਂ ਤੇ ਗੱਲ ਕੀਤੀ ਸੀ ਉੱਤਲ ਤੇ ਅਵਤਲ ਵਾਰੇ ਤੇ ਦੂਸਰੀ ਆਪਾਂ ਜਿਹੜੀਆਂ ਆਪਣੀਆਂ ਮੇਨ ਚਾਰ ਚਤਰਪੂਜਾਂ ਨੇ ਆਪਾਂ ਉਸ ਤੇ ਗੱਲ ਕੀਤੀ ਸੀ ਤੇ ਉਸ ਤੇ ਆਪਾਂ ਇੱਕ ਚਾਰਟ ਬਣਾਇਆ ਸੀ ਇੱਕ ਲੇਆਉਟ ਬਣਾਇਆ ਸੀ ਛੋਟਾ ਦਾ ਚਾਰਟ ਬਣਾਇਆ ਸੀ ਕੀ ਚਾਰਟ ਬਣਾਇਆ ਸੀ ਸਭ ਤੋਂ ਪਹਿਲਾਂ ਕੀ ਸੀ ਸਮਾਂਤਰ ਚਤਰਪੂਜ ਜਿਹਦੀਆਂ ਅਮਨੋ ਸਾਹਮਣੇ ਦੀਆਂ ਭੁਜਾਵਾਂ ਕੀ ਹੁੰਦੀਆਂ ਨੇ ਬਰਾਬਰ ਹੁੰਦੀਆਂ ਤੇ ਜਦੋਂ ਇਹਦੀਆਂ ਲਾਗਵੇਆ ਭੁਜਾਵਾਂ ਬਰਾਬਰ ਹੋ ਗਈਆਂ ਉਹ ਕੀ ਬਣ ਗਈ ਸਮ ਚਤਰਪੁਛ ਲਾਗਵੇਂ ਪੁਜਾਮਾ ਕੀ ਹੋ ਗਿਆ ਬਰਾਬਰ ਕਿਉਂ ਇਸੇ ਤੋਂ ਨਿਕਲੀ ਹੋਈ ਹੈ ਇਹਨੂੰ ਆਪਾਂ ਸਿੱਧਾ ਕਰਤਾ ਹਰੇਕ ਕੋਣ ਕੀ ਬਣ ਗਿਆ ਦਾ 90 ਬਣ ਗਿਆ ਉਹ ਆਪਣੇ ਕੋਲ ਕੀ ਬਣ ਗਈ ਸੀ ਆਇਤ ਤੇ ਸਮ ਚਤਰਪੁਛ ਨੂੰ ਸਿੱਧਾ ਕਰਤਾ ਹਰੇਕ ਕੋ 90 ਦਾ ਕਰਤਾ ਉਹ ਆਪਣੇ ਕੋਲ ਕੀ ਬਣ ਗਿਆ ਸੀ ਵਰਗ ਤਾਂ ਇਹਦਾ ਮਤਲਬ ਹਰੇਕ ਵਰਗ समचतुर्भुज हरेक वर्ग आयत है हरेक समचतुर्भुज समांतर चतुर्भुज है हरेक आयत समांतर चतुर्भुज है तो हरेक वर्ग भी की हो गया समांतर चतुर्भुज एक तो आपा ये बात की थी दूसरा आपा आप जो डिस्कस किया था सी के समांतर चतुर्भुज दे विकर्ण आपस विच ਸਮ ਦੋਭਾਜਿਤ ਕਰਦੇ ਹਨ ਤੇ ਇੱਥੇ ਫਰਦਰ ਦੋ ਕੇਸ ਸੀ ਕੀ ਕੇਸ ਸੀ ਹੋ ਸਕਦਾ ਵਿਕਰਨ ਬਰਾਬਰ ਹੋਵੇ ਜਾਂ ਬਰਾਬਰ ਨਾ ਹੋਵੇ ਵਿਕਰਨਾ ਦੀ ਗਿਣਤੀ ਹੈਨਾ ਇੱਕ ਵਿਕਰਨ ਜਿਹੜਾ ਸਮ ਦੋਭਾਜਿਤ ਕਰਦੇ ਆ ਉਹ ਕਿੱਥੇ ਕਰਦੇ ਆ ਤਾਂ ਇੱਕ ਕੇਸ ਸੀ ਉਹ 90 ਡਿਗਰੀ ਦੇ ਸਮ ਦੋਭਾਜਿਤ ਕਰਦੇ ਹੋਣ ਜੀ ਜੋ ਆਪਣੇ ਕੋਲੇ ਪਾਰਟिकुलर ਕੰਡੀਸ਼ਨ ਸੀ ਹੈਨਾ ਇਹ ਦੋ ਹੀ ਸੀ ਨਾ ਹੁਣ ਵਿਕਰਨ ਕਿਹਦੇ ਬਰਾਬਰ ਹੋਣਗੇ ਜਿੱਥੇ 90 ਡਿਗਰੀ ਦਾ ਕੋਣ ਹੋਊਗਾ ਤੇ 90 ਡਿਗਰੀ ਦਾ ਕੋਣ ਕਿੱਥੇ-ਕਿੱਥੇ ਆਪਨੇ ਕੋਲੇ ਆਇਤ ਤੇ ਵਰਗ ਤਾਂ ਇਹਦਾ ਮਤਲਬ ਆਇਤ ਤੇ ਵਰਗ ਦੇ ਵਿਕਰਨ ਬਰਾਬਰ ਨੇ ਸਮਾਂਤਰ ਦੇ ਸਮਚਤ੍ਰਭੁਜ ਦੇ ਨਹੀਂ ਹੈਗੇ 90 ਡਿਗਰੀ ਤੇ ਕੋਣ ਸੰਦੋਂ ਕਿਹੜੀ ਛਤ੍ਰਭੁਜ ਸੰਦੋਂ ਪਾਜਿਤ ਕਰੋਗੀ ਜਿਹਦੀਆਂ ਸਾਰੀਆਂ ਭੁਜਾਵਾਂ ਕੀ ਨੇ ਬਰਾਬਰ ਤੇ ਸਾਰੇ ਪੁਜਾਮਾ ਕਿੱਥੇ ਕਿੱਥੇ ਬਰਾਬਰ ਹੈ ਦੇਖੋ ਆਪਣੇ ਕੋਲੇ ਕਿਹੜੇ ਕਿਹੜੇ ਪਾਰਟਸ ਬਰਾਬਰ ਹੈ ਇੱਕ ਸਮਚਤ੍ਰਪੁਜ ਇੱਕ ਵਰਗ ਤਾਂ ਇਹਦਾ ਮਤਲਬ ਕੀ ਹੋਇਆ ਇਹ ਆਪਣਾ ਸੀ ਸਿਨੈਰੀਓ ਲੇਆਉਟ ਜਿਹਦੇ ਬਿਹਾਫ ਤੇ ਆਪਾਂ ਚਤ੍ਰਪੁਜਾ ਦੀ ਗੱਲ ਕਰਦੇ ਆ ਸਿਰਫ ਇਹ ਲੇਆਉਟ ਨੂੰ ਯਾਦ ਰੱਖੋ ਤੁਹਾਨੂੰ ਅਲੱਗ-ਅਲੱਗ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ ਐਸੇ ਦੇ ਵਿੱਚ ਹੀ ਆਪਣਾ ਸਾਰਾ ਚਤ੍ਰਪੁਜਾ ਟੌਪਿਕ 'ਤੇ ਹੈ ਕਿਉਂਕਿ ਇਹ ਜਿਹੜੇ ਤਿੰਨੋਂ ਚਤੁਰਭੁਜਾ ਨੇ ਇੱਕ ਇਸ ਤੋਂ ਬਣਿਆ ਨੇ ਸਮਾਂਤਰ ਤੋਂ ਤਾਂ ਇਹਦਾ ਮਤਲਬ ਸਮਾਂਤਰ ਦਾ ਤਾਂ ਇਹਦੇ ਵਿੱਚ ਸਾਰੀਆਂ ਸ਼ਰਤਾਂ ਆਂਦੀਆਂ ਆਂਦੀਆਂ ਨੇ ਇਹਨਾਂ ਦੇ ਸਿਰਫ ਇੱਕ ਐਕਸਟਰਾ ਸ਼ਰਤਾਂ ਬਣ ਜਾਂਦੀਆਂ ਕਿ ਕਿਹੜੇ ਕਿਹੜੇ ਬਣ ਜਾਂਦੀਆਂ ਦੇਖੋ ਇੱਥੇ ਇੱਕ ਤਾਂ ਕੋਣ ਬਣ ਗਿਆ 90 ਦਾ ਦੂਸਰਾ 90 ਡਿਗਰੀ ਦੇ ਕੋਣ ਕਰਕੇ ਵਿਕਰਨ ਕੀ ਹੋਗੇ ਇਹਨਾਂ ਦੇ ਬਰਾਬਰ ਹੈਨਾ ਇੱਥੇ ਕੀ ਹੋ ਗਿਆ ਸਾਰੀਆਂ ਪੁਜਾਹਾਂ ਮਾ ਹੋ ਗਈਆਂ ਬਰਾਬਰ ਬਰਾਬਰ ਹੋ ਗਈਆਂ ਦੂਸਰਾ ਕੀ ਹੋ ਗਿਆ ਸਾਰੀਆਂ ਪੁਜਾਮਾ ਕਰਕੇ ਜੋ ਵਿਕਰਨ ਉਹ 90 ਡਿਗਰੀ ਤੇ ਸਮਦੋਪਾਜਿਤ ਕਰਦੇ ਹਨ ਠੀਕ ਹੁਣ ਇਹਦੀ ਖਾਸियत ਕੀ ਹੋਗੀ ਏਰੀਆ ਚਾਰੇ ਪੁਜਾਮਾ ਵੀ ਬਰਾਬਰ ਨੇ ਨਾਲੇ 90 ਡਿਗਰੀ ਵੀ ਹੈ ਸਹੀ ਹੈ ਨਾ ਵੇਖੋ ਚਾਰੇ ਪੁਜਾਮਾ ਬਰਾਬਰ ਨੇ ਤਾਂ ਆਹ ਸ਼ਰਤਾਂ ਹੋ ਗਈਆਂ ਹਰੇਕ ਉਹ 90 ਡਿਗਰੀ ਤਾਂ ਆਹ ਸ਼ਰਤਾਂ ਹੋ ਗਈਆਂ ਤਾਂ ਦੋਨੇ ਸ਼ਰਤਾਂ ਇਹਦੇ ਵਿੱਚ ਕੀ ਹੋ ਗਿਆ ਇਕੱਠੀਆਂ ਹੋ ਗਈਆਂ ਕਿਹੜੇ ਕਿਹੜੀਆਂ ਹੋ ਗਈਆਂ ਇੱਕ ਤਾਂ ਵਿਕਰਨ ਬਰਾਬਰ ਹੋਗੇ ਵਿਕਰਨ ਬਰਾਬਰ ਹੋਗੇ ਨੰਬਰ 2 ਜਿਹੜੇ ਵਿਕਰਨ ਹੈ ਉਹ 90 ਡਿਗਰੀ ਤੇ ਕੀ ਕਰਦੇ ਨੇ ਸਮਦੋਪਾਜਿਤ ਕਰਦੇ ਨੇ ਤਾਂ ਆਪਣੇ ਕੋਲੇ ਇੱਕ ਆਹ ਲੇਆਉਟ ਬਣਿਆ ਜੋ ਸੀਟ ਬਣੀ ਹੈ ਦੇਖੋ ਇਹਦੇ ਵਿੱਚ ਹੀ ਸਾਰਾ ਕੁਝ ਹੈ ਹੁਣ ਆ ਸਿਰਫ ਇੱਕ ਡਾਇਗਰਾਮ ਤੇ ਇੱਕ ਫਲੋ ਚਾਰਟ ਦੇ ਨਾਲ ਆਪਣੇ ਕੋਲੇ ਫੁੱਲ ਚਤਰਪੁਜ ਦੀ ਇਨਫੋਰਮੇਸ਼ਨ ਆ ਗਈ ਕਿਉਂਕਿ ਜੋ ਸ਼ਰਤਾਂ ਇਹਦੀਆਂ ਨੇ ਹੋਈਆਂ ਹੋ ਗਿਆ ਤਾਂ ਹਰੇਕ ਵਰਗ ਆਇਤ ਹਰੇਕ ਵਰਗ ਸਮਚਤਰਪੁਜ ਹਰੇਕ ਵਰਗ ਕੀ ਹੋਗੀ ਸਮਾਂਤਰ ਚਤਰਪੁਜ ਹੋਗੀ ਤੇ ਇਹਨਾਂ ਦੀਆਂ ਆ ਕੀ ਹੋਗੀਆਂ ਸ਼ਰਤਾਂ ਹੋਗੀਆਂ ਇੱਕ ਆਪਾਂ ਜੋ ਗੱਲ ਕੀਤੀ ਸੀ ਇਹਨਾਂ ਦੀ ਉਹ ਗੱਲ ਕੀਤੀ ਸੀ ਕੋਨਾਂ ਦੇ ਸਬੰਧ ਦੇ ਵਿੱਚ ਕੋਨਾਂ ਦੇ ਸਬੰਧ ਦੇ ਵਿੱਚ ਕੀ ਗੱਲ ਕੀਤੀ ਸੀ ਸਮਾਂਤਰ ਚਤਰਪੁਜ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ ਪਹਿਲੀ ਸ਼ਰਤ ਸਮ ਸੰਮੁਖ ਆਇ ਦੇ ਬਰਾਬਰ ਆਇ ਦੇ ਬਰਾਬਰ ਠੀਕ ਨੰਬਰ 2 ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਨਾਂ ਦਾ ਜੋੜ 180 ਹੁੰਦਾ ਹੈ ਤੇ ਇੱਕ ਆਪਾਂ ਗੱਲ ਕੀ ਕੀਤੀ ਸੀ ਇਹ ਇਹ 180 a a 180 a a 180 a a 180 ਹੁਣ ਚਾਰਾ ਚਤਰਪੂਜਾ ਦੇ ਵਿੱਚ ਦੇਖੋ ਇਹਨਾਂ ਦੇ ਤਾਂ ਚਾਰੋਂ ਕੋਣ ਕੀ ਹੋਗੇ 90 ਹੋਗੇ ਇਹਨਾਂ ਦਾ ਸਮੱਸਿਆ ਤਾਂ ਆਪਣੀ ਹੋ ਗਈ ਹੱਲ ਇਹਨੇ ਉਹਦੀ ਚਾਰੇ ਕੀ ਹੋਗੇ 90 ਹੋਗੇ ਇਹ ਸਮੱਸਿਆ ਵੀ ਹੱਲ ਹੋ ਗਈ ਹੁਣ ਇੱਥੇ ਕੀ ਹੈ ਕੋਣ ਬਾਰੇ ਨਹੀਂ ਪਤਾ ਤਾਂ ਇਹਦੀ ਸੇਮ ਸ਼ਰਤ ਆ ਜਾਊ ਆ ਕੋਣ ਦੇ ਬਰਾਬਰ ਆਜੂ ਆ ਕੋਣ ਕੀ ਹੋ ਗਿਆ ਇਹਦੇ ਬਰਾਬਰ ਹੋ ਗਿਆ ਤਾਂ ਇਹ ਸੀ ਆਪਣੀਆਂ ਚਾਰ ਚਤਰਪੁਜਾ ਜਿਸ ਤੇ ਆਪਾਂ ਗੱਲ ਕਰਦੇ ਆ ਅੱਜ ਆਪਾਂ ਪਾਸ ਕੀਤੀ ਹੈ ਇੱਕ ਵਾ ਐਕਸਟਰਾ ਗੱਲ ਹੋਰ ਦੱਸ ਰਿਹਾ ਛੋਟੀ ਜੀ ਆਪਣੇ ਕੋਲੇ ਇੱਕ ਚਤਰਪੁਜ ਦੀ ਹੋਰ ਟਾਈਪ ਹੈ ਜੋ ਪਿਛਲੇ ਲੈਕਚਰਾਂ ਦੇ ਵਿੱਚ ਮੈਂ ਨਹੀਂ ਗੱਲ ਕੀਤੀ ਉਹ ਹੈਗੀ ਹੈ ਸੰਮਲਮ ਚਤਰਪੁਜ ਟ੍ਰੈਪੀਜ਼ੀਅਮ ਸੰਮਲਮ ਚਤਰਪੁਜ ਟ੍ਰੈਪੀਜ਼ੀਅਮ ਇੱਕ ਹੀ ਹੁੰਦਾ ਉਹ ਚਤਰਪੁਛ ਜਿਸ ਦਾ ਇੱਕ ਜੋੜਾ ਸਿਰਫ ਇੱਕ ਜੋੜਾ ਪੁਜਾਵਾਂ ਦਾ ਸਮੰਤਰ ਹੋਵੇ ਉਹਨੂੰ ਕੀ ਬੋਲਦੇ ਆ ਸੰਲੰਭ ਆ ਸੰਲੰਭ ਹੈ ਆ ਸੰਲੰਭ ਹੈ ਦੂਜੇ ਬਾਰੇ ਕੁਝ ਨਹੀਂ ਪਤਾ तो यह होंगी है समलंब हम इतने क्वेश्चन ये बंद है इस नुकन की आने तो आ कौन देता मैं क्वेश्चन ले एक ए बी सी डी एक समलंब चतुर्भुज है जो अपने क्वेश्चन पे है ए बी सी डी एक समलंब चतुर्भुज है कौन डी अस्सी डिग्री ते कौन सी सत्तर डिग्री है कोण ए ਅਤੇ ਵੀ ਪਤਾ ਕਰੋ ਹੁਣ ਕਿਉਂਕਿ ਇਹ ਸਮੰਤਰ ਰੇਖਾਵਾਂ ਨੇ ਆਪਾਂ ਦਿੱਤਾ ਹੈ AB ਸਮੰਤਰ CD ਤਾਂ ਇਹਦਾ ਮਤਲਬ ਇਹਨਾਂ ਦੋਹਾਂ ਦਾ ਜੋੜ ਲਾਗਵੇਂ ਜਿਹੜੇ ਉਪਕੋਣ ਹੈ ਇਹਨਾਂ ਦਾ ਦੋਹਾਂ ਦਾ ਜੋੜ ਕਿੰਨਾ ਹੋ ਗਿਆ 180 A ਬਾਰੇ ਨਹੀਂ ਪਤਾ D ਆਪਾਂ ਨੂੰ ਦੇ ਰੱਖਿਆ ਹੈ 80 80 ਉਧਰ ਗਿਆ ਕਾਦਾ ਹੋ ਗਿਆ ਮਾਈਨਸ ਦਾ कितना आ गया 100 सेम क्योंकि ये समांतर रेख है b से c कितना हो गया 180 c हो गया 70 दे रखे हैं 70 इधर गया माइनस आ हो गया तो a हो गया 110 तो a सी अपने को थर्ड चैप्टर चतुर्भुजाओं को समझना